ਵਲੀ ਖਾਨ ਯੂਨੀਵਰਸਿਟੀ ਮਰਦਾਨ ਚ ਕਤਲ ਦੇ ਵਾਲੇ ਮਸ਼ਾਲ ਖਾਨ ਦੇ ਕੇਸ ਦਾ ਫੈਸਲਾ ਅੱਧੇ ਘੰਟੇ ਬਾਅਦ ਸੁਣਾਇਆ ਵਸੀ ਇਨਸਦਾ ਦਹਿਸ਼ਤਗਰਦੀ ਅਦਾਲਤ ਦੇ ਜੱਜ ਹਰੀਪੁਰ ਜ਼ਿਲ੍ਹੇ ਚ ਫੈਸਲਾ ਸੁਣੇ ਸਨ ਸਿਕਿਉਰਿਟੀ ਦੇ ਸਖਤ ਇੰਤਜ਼ਾਮਾਂ ਜ਼ੈਨਬ ਕਤਲ ਕੇਸ ਵਿੱਚ ਗ੍ਰਿਫਤਾਰ ਮੁਲਜ਼ਮ ਇਮਰਾਨ ਕੋ ਇਨਸਦਾਦ ਦਹਿਸ਼ਤਗਰਦੀ ਦੀ ਖਸੂਸੀ ਅਦਾਲਤ ਵਿੱਚ ਅੱਜ ਪੇਸ਼ ਕੀਤਾ ਗਿਆ ਸੀ। ਪਿਛਲੀ ਸਮਾਪ ਤੇ ਅਦਾਲਤ ਮੁਲਜ਼ਮ ਕੋ 14 ਦਿਨ ਦੇ ਜੁਡੀਸ਼ਲ ਰਿਮਾਂਡ ਤੇ ਜੇਲ੍ਹ ਭੇਜਿਆ। ਮੁਲਤਾਨ ਕੰਟੋਨਮੈਂਟ ਬੋਰਡ ਦੇ ਇਲੈਕਸ਼ਨ ਵਿੱਚ ਕਾਮਯਾਬ ਹੋਣ ਵਾਲੇ ਉਮੀਦਵਾਰ ਦੇ ਹਾਮੀਆਂ ਦਾ ਜਸ਼ਨ। ਮੰਚਲੇ ਕੈਂਟ ਦੇ ਇਲਾਕੇ ਸਰੇਆਮ ਸ਼ਰਾਬ ਪੀਂਦੇ ਰਹੀਏ, ਕੋਈ ਰੋਕਣ ਵਾਲਾ ਕਹਿਣਾ। ਬਹਾਉਦੀਨ ਜ਼ਕਰ ਯੂਨੀਵਰਸਿਟੀ ਦੇ ਤਾਲਿਬਾ ਜ਼ਿਆਦਤੀ ਕੇਸ, ਅਦਾਲਤ ਗ੍ਰਿਫਤਾਰ ਮੁਲਜ਼ਮਾਂ ਦਾ ਮਜ਼ੀਦ 4 ਰੋਜ਼ਾ ਜਿਸਮਾਨੀ ਰਿਮਾਂਡ ਮਨਜ਼ੂਰ ਕਰ ਦਿੱਤਾ। ਤਹਿਸੀਲ ਜਤੋਈ ਚ ਘਰ ਚ ਗੈਸ ਸਿਲੰਡਰ ਧਮਾਕੇ ਨਾਲ ਫਟ ਗਿਆ, ਡੂਬਾਲ ਸ਼ਦੀਦ ਜ਼ਖਮੀ, DHQ ਹਸਪਤਾਲ ਮੁੰਤਕਿਲ ਕਰ ਦਿੱਤਾ ਗਿਆ।